ਲਵਾਉਂਦਾ ਸੀ ਜੀ ਤੇ ਬਹੁਤ ਵਾਰੀ ਮੈਨੇਜਰ ਉਹ ਤਾਂ ਦੋ ਦੋ ਤਿੰਨ ਤਿੰਨ ਘੰਟੇ ਵੀ ਵੱਧ ਲਵਾਉਂਦਾ ਰਿਹਾ ਜਦਕਿ ਉਹਦੀ ਡਿਊਟੀ ਇੰਨੀ ਇੰਨੇ ਟਾਈਮ ਤੱਕ ਨਹੀਂ ਹੁੰਦੀ ਸੀ ਉਹਦੀ ਡਿਊਟੀ ਸਿਰਫ ਪੀਜ਼ਾ ਬਣਾਉਣ ਦੀ ਸੀ ਨਾ ਕਿ ਟੈਂਕੀ ਸਾਫ ਕਰਨ ਦੀ ਕਿੱਥੇ ਕੰਮ ਕਿੱਥੇ ਕਰਦੇ ਸੀ ਪੀਜ਼ਾ ਹੱਟ ਚ ਜੀ ਕਿੰਨੇ ਦਿਨ ਹੋ ਗਏ ਸੀ ਕੰਮ ਕਰਦੇ ਜੀ ਤੁਹਾਨੂੰ ਜੀ ਇੱਕ ਸਾਲ 8 ਮਹੀਨੇ ਹੋ ਗਏ ਇੱਕ ਸਾਲ 8 ਮਹੀਨੇ ਹੋ ਗਏ ਅੱਛਾ ਜੀ ਕਿੰਨੀ ਉਮਰ ਸੀ ਉਹਦੀ 25 साल लगे जी 12 जुलाई। दविंदर सिंह जी की होया कि मामले एस एस पी कोल इकट्ठे हुए देखो जी अज असी मैनू पहला तो मेरे ब्रदर की डैथ हो गई उधर मैं पहला तो फोन है उन्होंने 12:30 करीब वो डैथ हुई थी तो पहला तो लैके 1:30 बजे आए जी हॉस्पिटल जेडे IVY हॉस्पिटल डैथ कितने हुई है सर पिज़ा हट हुई सी और उत्ते पानी वाली टैंकी साफ कर रहा है अच्छा जी ਕਿੰਨੀ ਦੇਰ ਹੋ ਗਈ ਸੀ ਕੰਮ ਕਰਦੇ ਨੂੰ ਉੱਥੇ ਇੱਕ ਸਾਲ 8 ਮਹੀਨੇ ਦੇ ਕਰੀਬ ਹੋ ਗਏ ਸੀਗੇ ਜੀ ਉਹਨੂੰ ਅੱਛਾ ਜੀ ਤੇ ਜੇ ਇੱਕ ਬਸ ਆ ਜਾਂਦੀ ਪਾਣੀ ਵਾਲੀ ਟੈਂਕੀ ਸਾਹ ਕਿੱਦਾਂ ਸਾਫ ਕਰਨ ਲੱਗ ਪਿਆ ਜਾਂ ਪੀਹਾਟ ਦੇ ਕੰਮ ਕਰਦਾ ਪਤਾ ਨਹੀਂ ਜੀ ਮੈਨੇਜਰ ਨੇ ਉਹਨੂੰ ਕਿਹਾ ਹੋਣਾ ਕਿ ਉੱਤੇ ਜਾ ਕੇ ਉਹ ਕਰਿਆ ਟੈਂਕੀ ਸਾਫ ਹਾਲਾਂਕਿ ਉਹ ਥੋੜੇ ਦਿਨ ਪਹਿਲਾਂ ਬਿਮਾਰ ਵੀ ਸੀਗਾ ਐਡਮਿਟ ਵੀ ਰਿਹਾ ਹਸਪੀਟਲ ਦੇ ਵਿੱਚ ਤੇ ਉਹਦਾ ਰਿਜ਼ਾਈਨ ਵੀ ਪਵਾਤਾ ਸੀਗਾ ਅਸੀਂ ਤੇ ਬਟ ਫਿਰ ਵੀ ਉਹਨਾਂ ਨੇ ਵਾਰ ਵਾਰ ਕਾਲ ਕਰਕੇ ਕਹੀ ਹੈ ਵੀ ਤੂੰ ਆ ਜਾ ਨਹੀਂ ਤੇਰੇ ਤੈਨੂੰ ਸੈਲਰੀ ਮਿਲਣੀ ਆ ਮਹੀਨੇ ਦੀ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਮੈਂ 1 ਮਹੀਨਾ ਹੋਰ ਲਾ ਲੈਂਦਾ 3-4 ਦਿਨ ਰਹਿ ਗਏ ਸੀਗੇ ਜੀ ਉਹਦੇ ਡਿਊਟੀ 'ਤੇ ਅਤੇ ਮੈਨੂੰ ਉਹਨਾਂ ਨੇ 1:30 ਵਜੇ ਜੀ ਘੰਟੇ ਬਾਅਦ ਉਹਨਾਂ ਨੇ ਦੇਖਿਆ ਵੀ ਬੰਦਾ ਸਾਡਾ ਆਇਆ ਨਹੀਂਗਾ ਉੱਥੋਂ ਮੁੜਿਆ ਨਹੀਂਗਾ ਘੰਟੇ ਬਾਅਦ ਜਾ ਕੇ ਉਹਨਾਂ ਨੇ ਉੱਤੇ 1:30 ਵਜੇ 12:30 ਦੇ ਜੀ ਉਹਦੇ ਫੋਨ 'ਚ ਫੋਟੋ ਖਿੱਚੀ ਹੋਈ ਸੀਗੀ ਫੋਨ ਦੀ ਟੈਂਕੀ ਦੀ ਅਤੇ 1:30 ਵਜੇ ਉਹਨੂੰ ਲੈ ਕੇ ਗਏ ਅਤੇ ਮੈਨੂੰ ਫੋਨ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਫੋਨ ਆਇਆ ਸੀਗਾ ਅਤੇ ਮੈਨੂੰ ਫੋਨ ਉਹਨਾਂ ਨੇ 2:30 ਵਜੇ ਕੀਤਾ 12:30 ਦੀ ਡੈਥ ਹੋਈ ਮੈਨੂੰ 2:30 ਵਜੇ ਫੋਨ ਆਇਆ ਜੀ ਉਹਨਾਂ ਦਾ ਵੀ ਇੱਦਾਂ ਇੱਦਾਂ ਤੁਹਾਡੇ ਬ੍ਰਦਰ ਸੀਰੀਅਸ ਨੇ ਵੀ ਤੁਸੀਂ IVY ਹੋਸਪਿਟਲ ਆ ਜਾਓ ਹਾਂਜੀ ਫਿਰ ਹਾਲ ਕਿ ਉਹ ਇੱਕ ਪੜ੍ਹਿਆ ਲਿਖਿਆ ਮੁੰਡਾ ਸੀਗਾ ਜੀ ਸਾਡਾ ਇੰਜੀਨੀਅਰਿੰਗ ਉਹਦੀ ਕੀਤੀ ਸੀ ਮਕੈਨਿਕ ਪਰਿਵਾਰ ਦੇ ਵਿੱਚ ਕੌਣ ਕੌਣ ਰਹੇ ਉਹਦੇ ਪਰਿਵਾਰ 'ਚ ਜੀ ਇੱਕ ਮੇਰੇ ਚਾਚਾ ਜੀ ਦਾ ਬੇਟਾ ਸੀਗਾ ਇੱਕ 2 ਭੈਣਾਂ ਨੇ ਜੀ ਛੋਟੀਆਂ ਅਤੇ ਇੱਕ ਮੇਰੇ ਮਾਸੀ ਚਾਚੀ ਜੀ ਨੇ ਅਤੇ ਚਾਚਾ ਜੀ ਮੇਰੇ ਬਹਿਰੀ ਨੂੰ ਰਹਿੰਦੇ ਆ ਜੀ ਹਾਂਜੀ ਸਰ ਕਿੰਨੀ ਉਮਰ ਸੀ 24 ਸਾਲ ਪੂਰੇ ਹੋ ਗਏ ਸੀ ਪੰਜਵਾਂ ਤੇ ਹੁਣ ਉਹ ਸੰਸਕਾਰ ਕਰਤਾ ਨਹੀਂ ਜੀ ਹਜੇ ਨਹੀਂ ਸੰਸਕਾਰ ਨਹੀਂ ਜਦ ਤੱਕ ਇਨਸਾਫ ਨਹੀਂ ਮਿਲਦਾ ਜੀ ਅਸੀਂ ਸੰਸਕਾਰ ਕਰਦੇ ਹੁਣ ਕੀ ਮੰਗ ਕਰਦੇ ਤੁਸੀਂ ਵੀਰੇ ਅਸੀਂ ਇਹੀ ਆ ਜੀ ਕਿ ਸਾਨੂੰ ਜੋ ਵੀ ਹੈ ਸਾਨੂੰ ਇਸ ਚੀਜ਼ ਦਾ ਇਨਸਾਫ ਮਿਲਣਾ ਚਾਹੀਦਾ ਉਹਨਾਂ ਤੇ ਵੱਧ ਤੋਂ ਵੱਧ ਕਾਰਵਾਈ ਅੰਦਰ ਤੁਸੀਂ SSP ਸਾਹਿਬ ਆਫਿਸ ਗਏ ਉਹਨਾਂ ਕੀ ਆਸ਼ਵਾਸਨ ਦਿੱਤਾ ਤੁਹਾਨੂੰ ਦਫ਼ਤਰਾਂ ਨੇ ਨਹੀਂ SSP ਆਫਿਸ ਅੰਦਰ ਜੀ ਮੇਰੇ ਬ੍ਰਦਰ ਹੁਣੀ ਬੜੇ ਬ੍ਰਦਰ ਹੁਣੀ ਗਏ ਹੋਏ ਨੇ ਹਾਂਜੀ ਮੈਂ ਬਾਹਰੇ ਆਪਣੇ ਸਿਸਟਰ ਨਾਲ ਪੁੱਛੀ ਗਈ रिगार्डिंग FIR नंबर 132 डेटेड 26/8 अंडर सैक्शन 304 दर्ज हुई सी जिहड़ा हाले इन्वेस्टिगेशन चल रही है दौरान जी डेपुटेशन मिलेगा ਵੀ ਉਹਦੇ 'ਚ ਸੈਕਸ਼ਨ ਦਾ ਵਾਧਾ ਕੀਤਾ ਜਾਵੇ ਉਹ DSP ਸਾਹਿਬ ਨੂੰ ਅਤੇ SHO ਸਾਹਿਬ ਨੂੰ ਹਦਾਇਤ ਕਰ ਦਿੱਤੀ ਵੀ ਉਹਦੇ ਰਿਗਾਰਡਿੰਗ ਚੈੱਕ ਕਰਕੇ ਰਿਕਾਰਡ ਮੁਤਾਬਕ ਉਹਦੇ 'ਚ ਵਾਧਾ ਕੀਤਾ ਜਾਵੇ ਜੋ ਵੀ ਬਣਦਾ ਹੈ ਕਾਨੂੰਨ ਤੱਕ ਜੋ ਵੀ ਬਣਦਾ ਹੈ ਉਹਦਾ ਵਾਧਾ ਕੀਤਾ ਜਾਵੇ ਤਾਂ ਹਜੇ ਜਿਹੜੇ FIR ਦਰਜ ਹੋਈ ਉਹਨਾਂ ਕੋਈ ਅਰੈਸਟ ਵਗੈਰਾ ਕੀਤੀ ਕਿਸੇ ਨੂੰ ਹਾਂਜੀ ਕਿਸੇ ਅਰੈਸਟ ਵਗੈਰਾ ਕੀਤੀ ਕਿਸੇ ਨੂੰ ਨਹੀਂ ਹੁਣ ਵਾਧਾ ਕਰਕੇ ਅਰੈਸਟ ਵੀ ਨਾਲ ਦੀ ਨਾਲ ਕਰ ਲਾਂਗੇ ਅਸੀਂ ਅੱਛਾ ਹਾਂਜੀ 304 ਦਾ ਵਾਧਾ ਕਰ ਰਹੇ ਹਾਂ ਉਹ ਤੋਂ ਬਾਅਦ ਅਰੈਸਟ ਕਰ ਲਾਂਗੇ ਮਤਲਬ ਜੀ 304 ਦੇ A ਨੂੰ 304 ਕਰ ਦਿੰਦੇ ਹਾਂ 304 ਦਾ ਵਾਧਾ